ਸਰਕਾਰੀ ਸਨਮਾਨ ਦੇ ਨਾਲ ਉਹਨਾਂ ਨੂੰ ਅੰਤਿਮ ਜਿਹੜੀ ਵਿਦਾਈ ਉਹ ਦਿੱਤੀ ਜਾ ਰਹੀ ਹੈ। ਤੁਸੀਂ ਤਸਵੀਰਾਂ ਰਾਹੀਂ ਦੇਖੋ, ਭਗਵੰਤ ਮਾਨ ਭਾਵੁਕ ਹੋ ਗਏ ਨੇ, ਭਗਵੰਤ ਮਾਨ ਭਾਵੁਕ ਹੋ ਗਏ ਨੇ। ਤਸਵੀਰਾਂ ਤੁਸੀਂ ਦੇਖੋ, ਅੱਖਾਂ 'ਚ ਹੰਝੂ ਨੇ, ਭਗਵੰਤ ਮਾਨ ਦੀ ਅੱਖਾਂ 'ਚ ਹੰਝੂ ਨੇ, ਭਾਵੁਕ ਹੋ ਗਏ ਨੇ ਭਗਵੰਤ ਮਾਨ, ਕਿਉਂਕਿ ਖੁਦ ਇੱਕ ਇੰਡਸਟਰੀ ਤੋਂ ਜੁੜੇ ਰਹੇ ਨੇ ਭਗਵੰਤ ਮਾਨ CM ਨੇ। ਅਤੇ ਅੱਜ ਹੰਝੂ ਅੱਖਾਂ 'ਚ ਉਹਨਾਂ ਦੀ, CM ਭਗਵੰਤ ਮਾਨ ਦੀ ਅੱਖਾਂ 'ਚ ਹੰਝੂ ਅੱਜ ਸਾਫ਼ ਦੇਖੇ ਜਾ ਸਕਦੇ ਨੇ। ਵਾਕਈ ਇੱਕ ਐਡੀ ਵੱਡੀ ਸ਼ਖਸੀਅਤ ਦਾ ਜਾਣਾ ਵੱਡੇ ਵੱਡੇ ਦਿਲਾਂ ਨੂੰ ਵਿੱਚੋਂ ਝਕੋੜ ਸਕਦਾ ਹੈ, ਔਰ ਕਾਫ਼ੀ ਵੱਡੀ ਛਤੀ ਹੈ ਪੰਜਾਬ ਦੇ ਲਈ, ਦੁਨੀਆ ਦੇਸ਼ ਅਤੇ ਵਿਦੇਸ਼ ਵਿੱਚ ਵੱਸਦੇ ਡਾਕਟਰ ਸੁਰਜੀਤ ਪਾਤਰ ਦੇ ਚਾਹਣਵਾਣਾਂ ਲਈ, ਉਹਨਾਂ ਦੇ ਫੈਨਸ ਲਈ। ਅਤੇ ਅੱਜ ਇੱਕ ਬਹੁਤ ਵੱਡਾ ਇੱਕ ਜਿਹੜਾ ਇੱਕ ਨੁਕਸਾਨ ਪੰਜਾਬ ਦੀ ਸੱਭਿਆਚਾਰਕ ਜਾਂ ਸਾਹਿਤਕ ਜਗਤ ਨੂੰ ਪਹੁੰਚਿਆ ਹੈ, ਲੇਕਿਨ ਫਿਰ ਉਹੀ ਗੱਲ ਨਿਸ਼ਾਦ ਕਮਲ ਦਾ ਜ਼ਿਕਰ ਵਾਰ ਵਾਰ ਮੈਂ ਕਰਦਾ ਰਹਾਂਗਾ ਕਿ ਜਿਹੜੀ ਉਹਨਾਂ ਦੀ ਦੇਣ ਹੈ, ਜਿਹੜੀ ਉਹ ਸੋਚ, ਜਿਹੜੀ ਉਹ ਇੱਕ ਛੱਡ ਕੇ ਗਏ ਨੇ ਆਪਣੀ ਵਿਰਾਸਤ, ਉਹਨੂੰ ਸਾਂਭਣ ਦੀ ਲੋੜ ਹੈ, ਉਸਨੂੰ ਸਾਂਭ ਦੀ ਹੁਣ ਲੋੜ ਹੈ, ਉਹਨਾਂ ਦੀ ਸੋਚ ਦੇ ਉੱਤੇ ਪਹਿਰਾ ਦੇਣ ਦੀ ਲੋੜ ਹੈ। CM ਭਗਵੰਤ ਮਾਨ ਦਾ ਚਿਹਰਾ, ਉਹਨਾਂ ਦੇ ਅੱਖਾਂ ਦੇ ਹੰਝੂ ਸਾਫ਼ ਦੱਸ ਰਹੇ ਨੇ ਕਿ ਕਿੰਨਾ ਪਿਆਰ ਸੀ, ਕਿੰਨਾ ਉਹਨਾਂ ਦਾ ਸਨੇਹ ਸੀਗਾ ਉਹਨਾਂ ਨਾਲ, ਔਰ ਸਰਕਾਰੀ ਸਨਮਾਨ ਦੇ ਨਾਲ ਉਹਨਾਂ ਨੂੰ ਅੰਤਿਮ ਵਿਦਾਈ ਦਿੱਤੀ ਜਾ ਰਹੀ ਹੈ ਡਾਕਟਰ ਸੁਰਜੀਤ ਪਾਤਰ ਉਹਨਾਂ ਨੂੰ। ਔਰ ਨਿਊਜ਼ 18 ਪੰਜਾਬ ਦੇ ਜ਼ਰੀਏ ਵੀ ਦੇਸ਼ ਅਤੇ ਵਿਦੇਸ਼ ਵਿੱਚ ਜਿਹੜੇ ਦਰਸ਼ਕ ਨੇ, ਜਿਹੜੇ ਉਹਨਾਂ ਨੂੰ ਦੇਖ ਰਹੇ ਨੇ, ਉਹਨਾਂ ਦੀ ਅੰਤਿਮ ਵਿਦਾਈ ਦੇ ਰਹੇ ਨੇ ਅਤੇ TV ਸਕਰੀਨ 'ਤੇ ਬੈਠੇ ਹੋਏ ਆ ਸੋਸ਼ਲ ਮੀਡੀਆ ਦੇ ਜ਼ਰੀਏ, ਜਿਹੜੇ ਪੰਜਾਬ ਦੇ ਜ਼ਰੀਏ ਉਹ ਆਪਣੀ ਅੰਤਿਮ ਵਿਦਾਈ ਦੇ ਸਕਦੇ ਨੇ, ਅੰਤਿਮ ਦਰਸ਼ਨ ਕਰ ਸਕਦੇ ਨੇ। ਲਾਈਵ ਤਸਵੀਰਾਂ ਨਿਊਜ਼ 18 ਪੰਜਾਬ ਸਾਨੂੰ ਦਿਖਾ ਰਿਹਾ, ਪੂਰੇ ਸਰਕਾਰੀ ਰਸਮ ਨਾਲ ਕਬੂਲ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਹੈ। ਔਰ CM ਭਗਵੰਤ ਮਾਨ ਅੰਤਿਮ ਆਪਣੇ ਜਿਹੜੀ ਦਰਸ਼ਨ ਹੈ ਲੱਗੀ ਜਿਹੜੀ ਹੈਗੀ ਆ, ਔਰ ਉਹਨਾਂ ਦੇ ਚਿਹਰੇ ਦੇ ਉਦਾਸ ਹੰਝੂ ਨੇ ਔਰ ਜਿਹੜਾ ਫਾਇਰ ਕਰਕੇ ਉਹਨਾਂ ਨੂੰ ਅੰਤਿਮ ਜਿਹੜੀ ਹੈ ਵਿਦਾਈ ਸਲਾਮੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ। ਸਰਦਾਰ ਭਗਵੰਤ ਸਿੰਘ ਮਾਨ ਰੋਂਦੇ ਹੋਏ ਹੰਝੂ ਅੱਖਾਂ 'ਚ ਨਿਕਲ ਗਏ ਆ, ਸਰਦਾਰ ਭਗਵੰਤ ਮਾਨ ਦੇ CM ਪੰਜਾਬ ਦੇ ਲੱਕੜੀ ਜਿਹੜੀ ਹੈਗੀ ਆ ਉਹ ਸੰਸਕਾਰ ਦੀ ਲੱਕੜੀ ਕਹਿੰਦੇ ਆ, ਪਰਿਵਾਰ ਦੇ ਨਾਲ ਰੱਖੀ ਹੈ। ਇਹ ਤਸਵੀਰਾਂ ਇੱਕ ਉਹ ਸ਼ਖਸੀਅਤ ਹੈ ਜਿਹਨੇ ਅੱਜ ਸੂਬੇ ਦੇ ਮੁੱਖ ਮੰਤਰੀ ਵੀ ਰੋ ਪਏ ਨੇ, ਉਹਨਾਂ ਦੇ ਹੰਝੂ ਨਜ਼ਰ ਆ ਰਹੇ ਨੇ, ਸੁੱਤੇ ਪਏ ਰਹਿ ਗਏ। ਅਕਸਰ ਗੱਲ ਕਰਦੇ ਸੀ ਭਗਵੰਤ ਪੰਜਾਬੀ ਮਾਂ ਬੋਲੀ 'ਚ, ਆਪਾਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਪੰਜਾਬੀ ਨਹੀਂ ਹੈਗੀ, ਆਪਾਂ ਉਹ ਲੈ ਕੇ ਆਉਣੀ ਆ। ਮੈਂ ਕਿਹਾ ਜੀ ਮੈਂ ਸਰਕਾਰ ਵੱਲੋਂ ਜੋ ਕਰੂੰਗਾ ਤੁਸੀਂ ਕਹੋਗੇ ਮੈਂ ਕਰੂੰਗਾ ਜੀ। ਕੋਈ ਲਾਇਬ੍ਰੇਰੀ ਵੀ ਬਣਾਈ ਜਾਏਗੀ ਇਹਨਾਂ ਦੀ ਯਾਦ 'ਚ, ਕੁਛ ਇਹਨਾਂ ਦੀ ਯਾਦ ਦੇ ਵਿੱਚ ਜੋ ਵੀ ਮੈਨੂੰ ਮਿਲਿਆ ਇਹਨਾਂ ਦੇ ਸ਼ਾਇਰ ਦੋਸਤਾਂ ਮਿੱਤਰਾਂ ਵੱਲੋਂ, ਸਾਰਾ ਮੰਗ ਪੱਤਰ ਜਿਹੜਾ ਪੂਰਾ ਹੋਊਗਾ ਇਹਨਾਂ ਦੇ ਨਾਂ 'ਤੇ, ਕੁਛ ਵੀ ਬਣਾ ਦਿਓ, ਕੋਈ ਪੰਜਾਬੀ ਮਾਂ ਬੋਲੀ ਦੀ ਸੇਵਾ ਹੀ ਹੋਊਗੀ। ਉਹ ਤਾਂ ਇੱਕ ਪਾਤਰ ਅਵਾਰਡ ਸ਼ੁਰੂ ਕਰਾਂਗੇ ਜਿਸ ਤਰ੍ਹਾਂ ਅਰਜਨ ਅਵਾਰਡ ਹੈ, ਉਹ ਖੇਡਾਂ ਵਾਸਤੇ
ਤੇ ਪਦਮ ਸ਼੍ਰੀ ਹੈ ਉਹ ਕਲਾ ਵਾਸਤੇ। ਅਸੀਂ ਪੰਜਾਬ ਦੇ ਵਿੱਚ ਪਾਤਰ ਅਵਾਰਡ ਸ਼ੁਰੂ ਕਰਾਂਗੇ, 7ਵੀਂ 8ਵੀਂ ਕਲਾਸ ਤੋਂ ਬੱਚੇ BA ਤੱਕ ਦੇ ਉਹਨਾਂ ਦਾ ਕੰਪੀਟੀਸ਼ਨ ਕਰਵਾਇਆ ਕਰਾਂਗੇ ਕਿ ਪਾਤਰ ਸਾਹਿਬ ਤੋਂ ਪ੍ਰਭਾਵਿਤ ਹੋ ਕੇ ਸ਼ਾਇਰੀ ਲਿਖਣ, ਕਵਿਤਾਵਾਂ ਲਿਖਣ। ਅਤੇ ਜਿਹੜਾ ਫਸਟ ਆਊਗਾ, ਜਿਹੜਾ ਪਾਤਰ ਅਵਾਰਡ ਹੀ ਹੋਊਗਾ ਹਰੇਕ ਸਾਲ, ਉਹਨੂੰ 1,00,000 ਰੁਪਈਆ ਅਤੇ ਨਾਲ ਪ੍ਰਸ਼ੰਸਾ ਪੱਤਰ ਅਤੇ ਹੋਰ ਸਾਰੀਆਂ ਸਹੂਲਤਾਂ ਸਰਕਾਰੀ ਦੇ ਦਿੰਦੇ। ਦੇਖੋ, ਇਹ ਤਾਂ ਪਾਤਰ ਅਵਾਰਡ ਤਾਂ ਇੱਕ ਛੋਟੀ ਚੀਜ਼ ਹੈ। ਮੈਂ ਕਹਿੰਦਾ ਉਹ ਜਿਹੜੀ ਸੋਚ ਛੱਡ ਕੇ ਗਏ ਨੇ, ਪਾਤਰ ਅਵਾਰਡ ਦਾ ਮਤਲਬ ਹੈ ਬੱਚਿਆਂ 'ਚ, ਬੱਚਿਆਂ ਦੇ ਵਿੱਚ ਸੁਰਜੀਤ ਪਾਤਰ ਨੂੰ ਪੜ੍ਹਨ ਦੀ, ਪਹਿਲਾਂ ਤਾਂ ਜਿਨ੍ਹਾਂ ਨੇ ਹਜੇ ਤੱਕ ਨਹੀਂ ਪੜ੍ਹਿਆ ਉਹ ਪੜ੍ਹਨਗੇ, ਫਿਰ ਉਹਨਾਂ ਵਾਂਗੂ ਲਿਖਣਗੇ, ਫਿਰ ਫਸਟ ਆਉਣਗੇ, ਸੈਕਿੰਡ ਆਉਣਗੇ, ਥਰਡ ਆਉਣਗੇ, ਅਗਲੇ ਸਾਲ ਜਿੱਤ ਜਾਣਗੇ, ਇਸ ਸਾਲ ਨਹੀਂ ਜਿੱਤੇ ਤਾਂ ਇੱਕ ਕੰਪੀਟੀਸ਼ਨ ਹੋ ਜਾਊਗਾ, ਤਾਂ ਪਾਤਰ ਸਾਹਿਬ ਦੀ ਸੋਚ ਜਿਉਂਦੀ ਰਹਿ ਜੂ। ਕੀ ਹੋਇਆ ਜੇ ਪੱਤ ਚੜਾਈ, ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ, ਮੈਂ ਲੱਭ ਕੇ ਲਿਆਉਣਾ ਕਿਤੋਂ ਕਲਮਾਂ, ਤੂੰ ਫੁੱਲਾਂ ਜੋਗੀ ਜ਼ਮੀਨ ਰੱਖੀ, ਆ 6 ਫੁੱਟ ਜ਼ਮੀਨ ਲੈ। ਤੁਸੀਂ CM ਭਗਵੰਤ ਮਾਨ ਨੂੰ ਸੁਣਿਆ ਕਾਫੀ, ਕਿਉਂਕਿ ਨੇੜਤਾ ਰਹੀ ਉਹਨਾਂ ਦੀ, ਕਾਫੀ ਉਹਨਾਂ ਦੀ ਨੇੜਤਾ ਰਹੀ ਹੈ, ਔਰ ਉਹਨਾਂ ਦੇ ਸਪੀਚਾਂ ਵਿੱਚ ਜਿੱਦਾਂ ਜ਼ਿਕਰ ਹੈ ਕਿ ਪਾਤਰ ਅਵਾਰਡ ਇੱਕ ਵੱਡਾ ਐਲਾਨ ਅੱਜ ਕਰਕੇ ਗਏ ਨੇ ਕਿ ਪਾਤਰ ਅਵਾਰਡ ਜਿਹੜਾ ਹੈ ਉਹ ਸ਼ੁਰੂ ਕੀਤਾ ਜਾਏਗਾ, 1,00,000 ਰੁਪਏ ਦਾ ਅਵਾਰਡ ਇਹ ਸ਼ੁਰੂ ਕੀਤਾ ਜਾਏਗਾ ਤਾਂ ਕਿ ਸੁਰਜੀਤ ਪਾਤਰ ਜਿਹੜੀ ਸੋਚ ਹੈ ਉਹਨਾਂ ਦੀ ਸ਼ਾਇਰੀ ਨੂੰ ਪੜ੍ਹਨ, ਬੱਚੇ ਉਸ ਰਾਹ 'ਤੇ ਤੁਰਨ। ਔਰ ਬਾਰ ਬਾਰ ਭਾਵੁਕ ਹੋਏ ਨੇ CM ਭਗਵੰਤ ਮਾਨ, ਅੱਜ ਬਾਰ ਬਾਰ ਭਾਵੁਕ ਹੋਏ ਨੇ, ਕਰੀਬ 1.5 ਘੰਟੇ ਤੋਂ ਇੱਥੇ ਮੌਜੂਦ ਨੇ, ਆਪਣੇ ਹੀਰੋ ਨੂੰ ਸ਼ਰਧਾਂਜਲੀ ਦੇ ਕੇ ਗਏ ਨੇ ਔਰ ਬਾਰ ਬਾਰ ਰੋਏ ਨੇ, ਉਹਨਾਂ ਦੀ ਅੱਖਾਂ 'ਚ ਹੰਝੂ ਸਾਫ਼ ਨਜ਼ਰ ਆਏ ਨੇ ਕਿ ਵਾਕਈ ਕਿੰਨਾ ਵੱਡਾ ਲੋਸ ਪੰਜਾਬ ਨੂੰ ਤਾਂ ਹੈ ਹੀ ਹੈ, ਖੁਦ CM ਭਗਵੰਤ ਮਾਨ ਉਹ ਪਰਸਨਲੀ ਤੌਰ 'ਤੇ ਵੀ ਉਹਨਾਂ ਦਾ ਜਿਹੜਾ ਲੋਸ ਹੈ। ਔਰ ਅੰਤਿਮ ਸੰਸਕਾਰ ਦੀ ਜਿਹੜੀ ਰਸਮਾਂ ਨੇ ਉਹ ਜਾ ਰਹੀਆਂ ਨੇ, ਉਹਨਾਂ ਦਾ ਅੰਤਿਮ ਸੰਸਕਾਰ ਇੱਥੇ ਕ੍ਰਿਮੇਸ਼ਨ ਗਰਾਊਂਡ ਜਿਹੜਾ ਹੈਗਾ ਮਾਡਲ ਟਾਊਨ ਉੱਥੇ ਕੀਤਾ ਜਾ ਰਿਹਾ, ਤਾਂ ਕਿਤੇ ਨਾ ਕਿਤੇ ਇੱਕ ਬਹੁਤ ਵੱਡਾ ਇੱਕ ਲੋਸ ਹੈ, ਇੱਕ ਵੱਡੀ ਘੋਸ਼ਣਾ ਕਰਕੇ ਗਏ ਨੇ CM।